ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੋਂ ਅਲੀ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀਜ਼ ਦੇ ਲਈ ਨਿਕਲ ਕੇ ਆ ਚੁੱਕੇ ਹੈ ਜੀ ਜਿਸ ਦੇ ਵਿੱਚ ਟੀਚਿੰਗ ਵਾਲੇ ਕੈਂਡੀਡੇਟਸ ਦੇ ਲਈ ਵਧੀਆ ਵੈਕੈਂਸੀਜ਼ ਨੇ ਤੇ ਨੌਨ ਟੀਚਿੰਗ ਵਾਲਿਆਂ ਲਈ ਵੀ ਕਾਫੀ ਵਧੀਆ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਮੈਂ ਅੱਜ ਦੀ ਵੀਡੀਓ 'ਚ ਤੁਹਾਨੂੰ ਪੂਰੀ ਜਾਣਕਾਰੀ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀਆਂ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿੱਦੇ ਲਈ ਸਿੰਪਲੀ Google ਤੇ ਜਾ ਕੇ ਟਾਈਪ ਕਰੋਗੇ meetacademy.xyz ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਸਾਰੀਆਂ ਜੋਬ ਰਿਲੇਟਡ ਅਪਡੇਟਸ ਤੁਹਾਨੂੰ ਉੱਥੋਂ ਜਿਹੜੀਆਂ ਨੇ ਫ੍ਰੀ ਆਫ ਕੋਸਟ ਮਿਲਦੀ ਹੈ ਰਹਿਣਗੇ ਤੇ ਟਾਈਮ ਸ਼ੇਅਰ ਮਿਲਦੇ ਰਹਿਣਗੇ ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਵੀ ਕਰ ਪਾਉਗੇ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਲੇਕਿਨ ਉਸ ਤੋਂ ਪਹਿਲਾਂ ਦੱਸ ਦੇਣਾ ਚਾਹਣਾ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਉੱਥੇ ਜਾ ਕੇ ਆਪਾਂ ਗ੍ਰੀਸਿਸ ਕਰਦੇ ਆਂ ਵੈਕੈਂਸੀਜ਼ ਦੇ ਬਾਰੇ ਵਿੱਚ ਜੀ ਸਭ ਤੋਂ ਪਹਿਲਾਂ ਅਪਲਾਈ ਕਰਨਾ ਦੇਖ ਲੈਣੇ ਹੈ ਜੀ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫਾਰਮ ਦੋਨਾਂ ਦੇ ਲਈ ਅਲੱਗ-ਅਲੱਗ ਨੇ ਟੀਚਿੰਗ ਦੇ ਲਈ ਅਲੱਗ ਤੇ ਨੌਨ ਟੀਚਿੰਗ ਦੇ ਲਈ ਅਲੱਗ ਨੇ ਵੈਕੈਂਸੀਜ਼ ਦੀ ਬਾਤ ਚ ਗੱਲ ਕਰਦੇ ਪਹਿਲਾਂ ਫਾਰਮ ਭਰ ਲੈਣੇ ਹੈ ਜੀ ਫਾਰਮ ਤੁਸੀਂ ਪੂਰਾ ਫਿਲ ਕਰਨਾ ਹੈ ਕੈਪੀਟਲ ਵਰਡਸ ਵਿੱਚ ਇੱਕ ਰੀਸੈਂਟਲੀ ਖਿਚਵਾਈ ਹੋਈ ਫੋਟੋਗ੍ਰਾਫ ਜਿਹੜੀ ਤੁਸੀਂ ਇੱਥੇ ਲਿਖਣੀ ਹੈ ਜੀ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਉਹ ਤੁਸੀਂ ਲਿਖਣਾ ਹੈ ਜਿੱਥੇ ਆਫਿਸ ਯੂਜ਼ ਲਿਖਿਆ ਉੱਥੇ ਤੁਸੀਂ ਕੁਝ ਨਹੀਂ ਲਿਖਣਾ ਬਾਕੀ ਤੁਸੀਂ ਇੱਥੇ ਆਪਣੀ ਜਿਹੜੀ ਵੈਕੈਂਸੀਜ਼ ਦੇ ਡਿਟੇਲ ਹੈ ਉਹ ਪੂਰੀ ਭਰ ਦੇਣੀ ਹੈ ਜੀ ਠੀਕ ਠੀਕ ਹੈ ਜੀ ਕੋਈ ਟ੍ਰੇਨਿੰਗ ਹੈਗੀ ਤੁਸੀਂ ਕੀਤੀ ਹੋਈ ਉਹ ਆ ਕੋਈ ਸਪੈਸ਼ਲ ਐਪਟੀਟਿਊਡਸ ਆ ਦੇ ਅੰਦਰ ਆਏਗਾ ਮਤਲਬ ਤੁਹਾਨੂੰ ਪ੍ਰੋਫੀਸ਼ੈਂਸੀ ਹੈ ਉਹਨੂੰ ਵੀਡੀਓ ਚਲਾਉਣਾ ਆਉਂਦਾ ਤੁਹਾਨੂੰ ਐਕਸਲ ਆਉਂਦੀ ਹੈ ਐਮ ਐਸ ਆਫਿਸ ਆਉਂਦਾ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ ਜੀ ਹੈਲਥ ਦੀ ਪੂਰੀ ਡਿਟੇਲ ਇੱਥੇ ਮੈਂਸ਼ਨ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਐਗਰੀਮੈਂਟ ਲਾਸਟ ਵਿੱਚ ਹੈਗਾ ਜੀ ਇਹਨੂੰ ਤੁਸੀਂ ਸਾਈਨ ਕਰਕੇ ਨਾਲ ਤੁਸੀਂ ਲਗਾਣੇ ਨੇ ਇਹਦੇ ਸਾਰੇ ਡਾਕੂਮੈਂਟ ਜਿਹੜੇ ਤੁਸੀਂ ਲਿਖ ਰਹੇ ਹੋ ਉਹਨਾਂ ਨੂੰ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਕਰ ਦੇਣਾ ਹੈ ਜੀ ਸ਼ੇਅਰ ਸੋ ਇਸ ਚੀਜ਼ ਦਾ ਤੁਸੀਂ ਤਿਆਰ ਰੱਖਣਾ ਹੈ ਪਹਿਲਾਂ ਕਿ ਡਾਕੂਮੈਂਟ ਸੜੀ ਕਲੀਅਰ ਹੋਣੇ ਚਾ ਐਪਲੀਕੇਸ਼ਨ ਦੀ ਲੇਕਿਨ ਦੋਨੋਂ ਐਪਲੀਕੇਸ਼ਨ ਫਾਰਮ ਅਲੱਗ-ਅਲੱਗ ਨੇ ਟੀਚਿੰਗ ਅਤੇ ਨੌਨ ਟੀਚਿੰਗ ਦੋਨਾਂ ਦੇ ਮੈਂ ਦੋਨੋਂ ਦੇ ਲਿੰਕ ਦੇ ਦੇਵਾਂਗਾ ਡਿਸਕ੍ਰਿਪਸ਼ਨ ਚ ਤੁਹਾਨੂੰ ਤੇ ਚਲੋ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਨਾਨ ਟੀਚਿੰਗ ਦੀ ਜਿਹਦੇ ਲਈ ਮੋਸਟਲੀ ਕੈਂਡੀਡੇਟ ਇੰਟਰਸਟਿਡ ਹੁੰਦੇ ਨੇ ਸਭ ਤੋਂ ਪਹਿਲੀ ਪੋਸਟ ਜਿਹੜੀ ਅਕਾਊਂਟੈਂਟ ਦੀ ਹੈ ਜੀ ਇਸ ਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਜਿਹੜੇ ਕੈਂਡੀਡੇਟ ਨੇ ਸੌਰੀ ਕੁਆਲਿਫਿਕੇਸ਼ਨ ਦੀ ਗੱਲ ਕਰਾਂ ਜਿਹੜੇ ਕੈਂਡੀਡੇਟ ਕਮਰਸ ਗ੍ਰੈਜੂਏਟ ਨੇ ਤੇ 15 ਇਅਰ ਦੀ ਸਰਵਿਸ ਐਜ਼ ਅ ਕਲਰਕ ਕਿਤੇ ਵੀ ਡਿਫੈਂਸ ਸਰਵਿਸ ਜ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ ਬੇਸਿਕ ਕੰਪਿਊਟਰ ਐਪਲੀਕੇਸ਼ਨ ਦੀ ਨੋਰਥ ਲਈ ਕੋਰਸ ਆਰਮੀ ਦਾ ਡਿਪਲੋਮਾ ਦਾ ਜਾਂ ਕੰਪਿਊਟਰ ਐਪਲੀਕੇਸ਼ਨ ਦਾ ਕੀਤਾ ਹੋਇਆ ਤੇ 1 ਇਅਰ ਦਾ ਡਿਊਰੇਸ਼ਨ ਹੈਗਾ ਤਾਂ ਤੁਸੀਂ ਅਪਲਾਈ ਇਸ ਵਿੱਚ ਕਰ ਸਕਦੇ ਹੋ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ 15 ਇਅਰ ਦੀ ਸਰਵਿਸ ਹੈਗੀ ਐਜ਼ ਅ ਕਲਰਕ ਠੀਕ ਹੈ ਜੀ ਜਾਂ ਫਿਰ ਤੁਹਾਨੂੰ ਕੰਪਿਊਟਰ ਦੀ ਐਮ ਐਸ ਆਫਿਸ ਟੈਲੀ ਦੀ ਨੌਲੇਜ ਹੈਗੀ ਹੈ ਕੰਪਿਊਟਰ ਦੀ ਹੈਗੀਓ ਤੁਸੀਂ ਮਤਲਬ ਤੁਸੀਂ 12000 ਕੀਜ਼ ਡਿਪ੍ਰੀਸ਼ੀਏਸ਼ਨ ਪਰ ਆ ਟਾਈਪ ਕਰ ਸਕਦੇ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਫਿਰ ਤੁਸੀਂ 5 ਸਾਲ ਦਾ ਐਜ਼ ਅ ਕਲਰਕ ਜਾਂ ਅਕਾਊਂਟੈਂਟ ਕਲਰਕ ਕਿਸੇ ਵੀ ਸਕੂਲ ਦੇ ਵਿੱਚ ਆਰਗੇਨਾਈਜੇਸ਼ਨ ਚ ਹੈਗੀਓ ਤਾਂ ਅਪਲਾਈ ਕਰ ਸਕਦੇ ਹੋ ਜੀ ਕੰਪਿਊਟਰ ਲੈਬਾਰਟਰੀ ਟੈਕਨੀਸ਼ੀਅਨ ਦੀ ਵੈਕੈਂਸੀਜ਼ ਨੇ ਜਿਹਦੇ ਵਿੱਚ ਪਲੱਸ 2 ਵਾਲੇ ਕੈਂਡੀਡੇਟ ਨੇ 1 ਇਅਰ ਦਾ ਡਿਪਲੋਮਾ ਕੰਪਿਊਟਰ ਸਾਇੰਸ ਵਿੱਚ ਕੀਤਾ ਉਹਦੇ ਲਈ ਅਪਲਾਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਗੱਲ ਕਰਦੇ ਆਂ ਟੀਚਿੰਗ ਵੈਕੈਂਸੀਸ ਦੀ ਜਿਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਇਹ ਨੇ ਪੀਜੀਟੀ ਇੰਗਲਿਸ਼ ਤੇ ਸਾਈਕੋਲੋਜੀ ਦੀ ਹੈ ਜਿਸ ਦੇ ਵਿੱਚ ਐਡਹੌਕ ਇਸ ਚੀਜ਼ ਤੇ ਵੈਕੈਂਸੀਸ ਨੇ ਜਿਨ੍ਹਾਂ ਨੇ ਕੈਂਡੀਡੇਟ ਨੇ ਇਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਵਿਦ ਸਬਜੈਕਟ ਉਹ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਵਿਦ 50% ਮਾਰਕਸ ਦੇ ਨਾਲ ਬੀਐਡ ਕੀਤੀ ਹੋਈ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਪੀਜੀਟੀ ਦੀ ਨੈਸ਼ਨਲ ਕ੍ਰੈਡਿਟ ਕਾਪਸ ਐਨਸੀਸੀ ਦੀਆਂ ਵੈਕੈਂਸੀਸ ਨੇ ਜਿਸ ਵਿੱਚ ਪੋਸਟ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਹੋਈ ਕਿਸੇ ਵੀ ਰਿਕੋਗਨਿਜ਼ ਯੂਨੀਵਰਸਿਟੀ ਤੋਂ ਮਿਲਟਰੀ ਸਾਇੰਸ ਸਬਜੈਕਟ ਦਾ ਸੀ ਸਰਟੀਫਿਕੇਟ ਤੁਹਾਡੇ ਕੋਲ NCC ਦਾ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ ਜਾਂ ਜਿਨ੍ਹਾਂ ਨੇ ਬੀਏਡ ਕੀਤੀ ਹੋਈ ਹੈ ਔਰ ਇੰਸਟੀਟਿਊਸ਼ਨ ਕਿਸੇ ਵੀ ਰੈਕੋਗਨਾਈਜ਼ਡ ਇੰਸਟੀਟਿਊਸ਼ਨ ਤੋਂ ਤਾਂ ਅਪਲਾਈ ਕਰ ਸਕਦੇ ਹੋ ਤੇ ਕੰਪਲੀਟ ਟ੍ਰੇਨਿੰਗ ਜਿਹੜੀ ਐਸੋਸੀਏਟ NCC ਆਫੀਸਰ ਦੀ ਤੁਹਾਡੇ ਕੋਲ ਹੈਗੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਸ ਦੇ ਵਿੱਚ TGT ਦੀਆਂ ਵੈਕੈਂਸੀਸ ਨੇ ਸਾਰੇ ਸਬਜੈਕਟਸ ਦੀਆਂ ਵੈਕੈਂਸੀਸ ਨੇ ਗ੍ਰੈਜੂਏਸ਼ਨ ਤੁਸੀਂ ਸਬਜੈਕਟ ਦੇ ਨਾਲ ਕੀਤੀ ਹੋਈ ਹੈ ਰੈਲੇਟਿਵ ਸਬਜੈਕਟ ਦੇ ਨਾਲ ਠੀਕ ਹੈ ਜੀ ਬੀਏਡ ਤੁਹਾਡੇ ਕੋਲ ਹੈਗੀ ਹੈ 50% ਮਾਰਕਸ ਦੇ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ PRT ਦੀਆਂ ਵੈਕੈਂਸੀਸ ਨੇ ਜਿੱਦ ਵਿੱਚ ਸਾਰੇ ਸਬਜ ਦੇ ਵਿੱਚ ਵੀ ਗ੍ਰੈਜੂਏਸ਼ਨ ਦੇ ਨਾਲ ਤੁਸੀਂ 2 ਸਾਲ ਦਾ ਡਿਪਲੋਮਾ ਕੀਤਾ ਐਲੀਮੈਂਟਰੀ এডਿਕੇਸ਼ਨ ਦਾ ਠੀਕ ਹੈ ਜੀ ਬੀਐਡ ਕੀਤੀ ਹੋਈ 50% ਮਾਰਕਸ ਦੇ ਨਾਲ ਤਾਂ ਤੁਸੀਂ ਅਪਲਾਈ ਇਹਦੇ ਵਿੱਚ ਕਰ ਸਕਦੇ ਹੋ ਜੀ ਹੈਲਥ ਵੈਲਨੈਸ ਐਂਡ ਟੀਚਰ ਕਾਉਂਸਲਰ ਦੀ ਵੈਕੈਂਸੀਸ ਨੇ ਜਿਨ੍ਹਾਂ ਨੇ ਸਾਈਕੋਲੋਜੀ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਸਰਟੀਫਿਕੇਟ ਜਾਂ ਡਿਪਲੋਮਾ ਹੈਗਾ ਕਾਉਂਸਲਿੰਗ ਦਾ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਇੱਥੇ ਫਰੈਸ਼ਰਸ ਤੇ ਐਕਸਪੀਰੀਅੰਸ ਦੋਨਾਂ ਦੀਆਂ ਵੈਕੈਂਸੀਸ ਨੇ ਜੀ ਚੈੱਕ ਕਰਕੇ ਤੁਸੀਂ ਅਪਲਾਈ ਜ਼ਰੂਰ ਕਰ ਲੈਣਾ ਜੀ ਬਾਕੀ ਇਹਦੇ ਵਿੱਚ ਸ਼ਾਰਟਲਿਸਟਡ ਕੈਂਡੀਡੇਟ ਨੂੰ ਇੰਟਰਵਿਊ ਦੇ ਲਈ ਬੁਲਾਇਆ ਸੋ so, 100 ਰੁਪਏ ਜਿਹੜਾ ਕਿ ਐਪਲੀਕੇਸ਼ਨ ਫਾਰਮ ਅਵੇਲੇਬਲ ਹੈ ਸਕੂਲ ਦੇ ਵਿੱਚ ਵੀ ਅਗਰ ਤੁਸੀਂ ਲੈਂਦੇ ਹੋ ਤਾਂ 100 ਰੁਪਏ ਕੈਸ਼ ਤੁਹਾਨੂੰ ਸਬਮਿਟ ਕਰਾਉਣਾ ਪਏਗਾ ਠੀਕ ਹੈ ਜੀ ਉਹ ਤੁਸੀਂ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ ਫ੍ਰੀ ਆਫ ਕੋਸ ਮੈਂ ਲਿੰਕ ਤੁਹਾਨੂੰ ਦੇ ਦਵਾਂਗਾ ਇਹ ਵੈਕੈਂਸੀ ਜਿਹੜੇ ਨੇ ਆਰਮੀ ਪਬਲਿਕ ਸਕੂਲ ਨੀਅਰ ਰਿਕਰੂਟਮੈਂਟ ਆਫਿਸ ਫਿਰੋਜ਼ਪੁਰ ਕੈਂਟ ਵਿੱਚ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਹ ਪੀ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਜੀ ਬਾਕੀ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗਾ ਇਹਨੂੰ ਡਾਊਨਲੋਡ ਕਰਨ ਦਾ ਪਹਿਲੀ ਪੋਸਟ ਮਿਲ ਜੇਗੀ ਤੁਹਾਨੂੰ ਤੁਸੀਂ ਜ਼ਰੂਰ ਡਾਊਨਲੋਡ